सत श्री अकाल दोस्तों, भाई अमृतपाल सिंह खालसा जी लाइव है, जिन्ह ने कि खुलासा किया कि पंजाब पुलिस वालों उन्होंने जथे के दो सिंघां नूं गिरफ्तार कर लिया गया है। अते दोस्तों हुण इह भी चिंता जताई जा रही है कि किसी भी समय भाई अमृतपाल सिंह खालसा नूं भी गिरफ्तार किया जा सकता है, जिथे कि बहुत सारे लोगों का कहना है कि जो 19 तरीक नूं भाई अमृतपाल सिंह खालसा वालों दीप सिद्धू की बरसी मौके वड्डा इकट्ठ किया जाना है, उस नूं रोकण दे लई इह सब कुछ हो रहा है। तो दूजे पासे कुछ लोगों का कहना है कि जो FIR दर्ज की गई है भाई अमृतपाल सिंह खालसा ते अजनाला पुलिस वालों अगवा अते कुटमार के दोषों च उसके करके उसकी आड़ पुलिस वालों ये सब कुछ किया जा रहा है। तो इस मौके एक सिंह साहब वालों भी बड़ी अपील की गई है भाई अमृतपाल सिंह खालसा की गिरफ्तारी बारे और लोगों को इकट्ठ करने के लिए कहा गया। की कहा राज सिंह खालसा वालों अपनी इस वीडियो के आओ दिखाने तुहानू होर ताज़ा खबरों के लिए बने रहना अनलिमिटेड ज्ञान के नाल। अनलिमिटेड ज्ञान मीडिया फेसबुक पेज भी जरूर लाइक फॉलो कर लेना। हाथ जोड़ के पहले बेनती है कि इस साडे संदेश नूं अगे जरूर पहुंचता कर दिओ। लो भी कहिंदे भी अज अमृतपाल सिंह खालसा जी नूं साडी लोड़ पै चुकी है, साडी जरूरत पै चुकी है। जिस नौजवान ने बाहरली दुनिया नूं छड के इस धरती ते आके पंजाब दी ते नौजवानां नूं अमृत छकाया, नौजवानी नूं जागरूक कीता, दीप बाई दी मौत तों बाद अमृतपाल सिंह खालसा जी पंजाब च आउंदे आ ते पंजाब च आउंदे सार ही पुलिस प्रशासन दे निगाह दे विच आ जांदे आ ते पुलिस प्रशासन तंग कर रहा है। ते हुण अज दी इक घटना है कि पुलिस प्रशासन भाई अमृतपाल सिंह खालसा जी नूं कदों भी गिरफ्तार करके लिजा सकदा है। इस करके सानू अज भाई अमृतपाल सिंह खालसा जी नाल मोढे नाल मोढा ला के खड़न दा टाइम आ चुके है। भाई अमृतपाल सिंह खालसा साडी कौम दे नाल खड़े है ते अज जेकर कौम उन्हां नाल ना खड़ी तां वड्डी निराशा हत्थ लगनी है। भाई अमृतपाल सिंह खालसा जी दे नाल दे कुछ सिंघां नूं अजनाला दी पुलिस ने गिरफ्तार कर लिया है, बिना वजह, बिना गल तों, बिना किसी दोस्त तों, ते उन्हां नूं थाने जां चौकी दे विच रखिया होया है। इस तों बाद इह भी शक अधीन है कि भाई अमृतपाल सिंह खालसा जी नूं ਉਹਨਾਂ ਦੇ ਨਗਰ ਵਿਖੇ ਜੱਲੂ ਖੇੜਾ ਵਿਖੇ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਚ ਆ ਕੇ ਕਦੋਂ ਵੀ ਗ੍ਰਿਫਤਾਰ ਕਰਕੇ ਲਿਜਾ ਸਕਦਾ। ਪਰ ਮੈਂ ਹੱਥ ਜੋੜ ਕੇ ਅਪੀਲ ਕਰਦਾ ਕਿ ਆਪਾਂ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਤੇ ਇੱਕ ਆਚ ਤੱਕ ਨਹੀਂ ਆਉਣ ਦੇਣੀ, ਇੱਕ ਛੋਟੀ ਜਿਹੀ ਵੀ ਅੰਗਾਰੀ ਦੀ ਆਚ ਵੀ ਨਹੀਂ ਆਉਣ ਦੇਣੀ। ਮੈਂ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਕਹਿ ਦਈਏ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਤੋਂ ਪਹਿਲਾਂ ਸਾਡੀਆਂ ਲਾਸ਼ਾਂ ਉੱਤੋਂ ਦੀ ਲੰਘਣਾ ਪੈਣਾ ਜੇਕਰ ਗ੍ਰਿਫਤਾਰ ਕਰਨਾ ਹੈ। ਬਿਨਾਂ ਵਜ੍ਹਾ ਬਿਨਾਂ ਗੱਲ ਤੋਂ ਪਰੇਸ਼ਾਨ ਕਰਨ ਲੱਗਿਆ ਹੈ। ਭਾਈ ਅਮਰਤਪਾਲ ਸਿੰਘ ਖਾਲਸਾ ਨੇ ਕੀਤਾ ਕੀ ਹੈ ਕਿ ਕਿਸੇ ਨੂੰ ਬੰਬ ਨਾਲ ਉਡਾਤਾ ਜਾਂ ਭਾਈ ਅਮਰਤਪਾਲ ਸਿੰਘ ਖਾਲਸਾ AK-47 ਚਲਾਉਂਦਾ ਫਿਰਦਾ ਜਾਂ ਸਾਡੀ ਕੌਮ ਨੂੰ ਜਾਗਰੂਕ ਕਰ ਰਿਹਾ ਹੈ, ਨੌਜਵਾਨਾਂ ਨੂੰ ਅੰਮ੍ਰਿਤ ਛਕਾ ਰਿਹਾ ਹੈ, ਸਿੱਖੀ ਦੀ ਗੱਲ ਕਰਦਾ ਹੈ, ਆਜ਼ਾਦੀ ਦੀ ਗੱਲ ਕਰਦਾ ਹੈ, ਜਿਹੜੇ ਅਸੀਂ ਗੁਲਾਮ ਬਣਾ ਕੇ ਰੱਖੇ ਹੋਇਆਂਗੇ, ਖਾਲਸੇ ਰਾਜ ਦੀ ਗੱਲ ਕਰਦਾ। ਪਰ ਸਰਕਾਰਾਂ ਨੂੰ ਸਿੱਖ ਹੀ ਕਿਉਂ ਚੁਭਦੇ ਹੈ? ਸਰਕਾਰਾਂ ਨੂੰ ਅਸੀਂ ਹੀ ਕਿਉਂ ਬੁਰੇ ਲੱਗਦੇ ਹਾਂ? ਸਰਕਾਰਾਂ ਹੋਰਾਂ ਨੂੰ ਕਿਉਂ ਨਹੀਂ ਕੁਛ ਕਹਿੰਦੀਆਂ? ਪਰ ਹਰ ਵਾਰ ਅਸੀਂ ਇਹ ਕਿਉਂ ਦੇਖਦੇ ਹਾਂ ਕਿ ਅਸੀਂ ਮਾਹੌਲ ਖਰਾਬ ਕਰਦੇ ਹਾਂ? ਅੱਜ ਤੁਰਕੀ ਦੇ ਵਿੱਚ ਭੂਚਾਲ ਆਏ ਹੋਏ ਨੇ ਤੇ ਅੱਜ ਸਿੱਖ ਲੋਕ ਉੱਥੇ ਲੰਗਰ ਲਾ ਰਹੇ ਨੇ ਤੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਸਾਡੇ ਗੁਰੂ ਨੇ ਦਿੱਤਾ ਹੈ, ਸਾਡੇ ਲੰਗਰ ਵੀ ਚੱਲਦੇ ਆ ਤੇ ਅਸੀਂ ਜ਼ੁਲਮ ਵੀ ਨਹੀਂ ਸਹਿੰਦੇ, ਅਸੀਂ ਲੰਗਰ ਵੀ ਲਾਉਣ ਵਾਲੇ ਤੇ ਅਸੀਂ ਹਥਿਆਰ ਵੀ ਚੱਕਣ ਵਾਲੇ ਆ, ਅਸੀਂ ਸ਼ਸਤਰ ਵੀ ਰੱਖਣ ਵਾਲੇ ਆ, ਪਰ ਅਸੀਂ ਨਾ ਜ਼ੁਲਮ ਸਹੀਏ ਤੇ ਨਾ ਜ਼ੁਲਮ ਕਰੀਏ। ਪਰ ਤੁਸੀਂ ਬਾਰ ਬਾਰ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਤੇ ਨਿਸ਼ਾਨੇ ਸਾਧਦੇ ਹੋ, ਜਾਣ ਬੁੱਝ ਕੇ ਏਜੰਸੀਆਂ ਥਰੂ ਭਾਈ ਸਾਹਿਬ ਨੂੰ ਬਦਨਾਮ ਕਰਾਉਣਾ ਚਾਹੁੰਦੇ ਹੋ। ਯਾਰ ਮਾੜਾ ਕੀ ਕੀਤਾ ਇਹ ਤਾਂ ਦੱਸ ਦਿਓ। ਇਹਦਾ ਮਤਲਬ ਸਰਕਾਰਾਂ ਚਾਹੁੰਦੀਆਂ ਨੇ ਕਿ ਨੌਜਵਾਨ ਅੰਮ੍ਰਿਤ ਨਾ ਛਕਣ, ਸਰਕਾਰਾਂ ਚਾਹੁੰਦੀਆਂ ਨੇ ਕਿ ਨੌਜਵਾਨ ਨਸ਼ੇ ਕਰਨ, ਸਰਕਾਰਾਂ ਚਾਹੁੰਦੀਆਂ ਨੇ ਕਿ ਨੌਜਵਾਨ ਚਿੱਟੇ ਨਾਲ ਮਰਨ, ਸਰਕਾਰਾਂ ਚਾਹੁੰਦੀਆਂ ਨੇ ਕਿ ਪੰਜਾਬ ਉੱਜੜ ਜਾਏ, ਆਹੀ ਕੁਛ ਚਾਹੁੰਦੇ ਹੋ? ਅਸੀਂ ਪੰਜਾਬ ਨੂੰ ਮੁੜ ਵਸਾਉਣਾ ਚਾਹੁੰਦੇ ਹਾਂ, ਨੌਜਵਾਨਾਂ ਦੇ ਹੱਥਾਂ ਚੋਂ ਸਰੰਜਾ ਕੱਢ ਕੇ ਅਸੀਂ ਸ਼ਸਤਰਧਾਰੀ ਬਣਾਉਣਾ ਚਾਹੁੰਦੇ ਹਾਂ ਕਿ ਜੇਕਰ ਕੋਈ ਜ਼ੁਲਮ ਕਰੇ ਤਾਂ ਅਸੀਂ ਉਹਦਾ ਟਾਕਰਾ ਕਰੀਏ। ਪਰ ਤੁਸੀਂ ਤੁਸੀਂ ਸ਼ਸਤਰ ਛੜਾ ਕੇ ਤੇ ਤੁਸੀਂ ਹੱਥਾਂ ਵਿੱਚ ਟੀਕੇ ਫੜਾ ਰਹੇ ਹੋ, ਤੁਸੀਂ ਨੌਜਵਾਨਾਂ ਨੂੰ ਦਿਨ ਦਹਾੜੇ ਮਾਰ ਰਹੇ ਹੋ ਤੇ ਅਸੀਂ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੇ ਹਾਂ ਤੇ ਤੁਸੀਂ ਫਿਰ ਸਾਡੇ ਤੇ ਪਰਚੇ ਪਾ ਕੇ ਤੇ ਫਿਰ ਸਾਨੂੰ ਗ੍ਰਿਫਤਾਰ ਕਰਨ ਆ ਜਾਂਦੇ ਹੋ। ਇਹ ਤਾਂ ਦੱਸ ਦੋ, ਪੰਜਾਬ ਦਾ ਭਲਾ ਕੌਣ ਕਰ ਰਿਹਾ, ਪੰਜਾਬ ਦਾ ਨੁਕਸਾਨ ਕੌਣ ਕਰ ਰਿਹਾ, ਇਹ ਤਾਂ ਦੱਸ ਦੋ। ਇਸ ਕਰਕੇ ਮੈਂ ਸੰਗਤ ਨੂੰ ਅਪੀਲ ਕਰਦਾ ਕਿ ਬਹੁਤ ਆਪਾਂ ਹੋਰ ਗੱਲਾਂ
ਨਾਲ ਦੀ ਨਾਲ ਸ਼ੇਅਰ ਕਰ ਦਿੰਨੇ ਹੁੰਨੇ ਆ। ਅੱਜ ਮੈਂ ਕਹਿਣਾ ਚਾਹਣਾ ਕਿ ਇੱਕ ਦੋ ਘੰਟਿਆਂ ਦੇ ਵਿੱਚ ਭਾਈ ਸਾਹਿਬ ਤੇ ਮਤਲਬ ਅਟੈਕ ਕਰਨ ਵਾਲੀ ਹੈ ਪੁਲਿਸ, ਕਦੋਂ ਵੀ ਉਹਨਾਂ ਨੂੰ ਘੇਰਾ ਪਾ ਕੇ ਗ੍ਰਿਫਤਾਰ ਕਰ ਸਕਦੀ ਹੈ। ਇਸ ਕਰਕੇ ਆਪਾਂ ਜਲਦੀ ਤੋਂ ਜਲਦੀ ਉਹਨਾਂ ਦੇ ਨਗਰ ਜੱਲੂ ਖੇੜਾ ਵਿਖੇ ਪਹੁੰਚੀਏ, ਟਰਾਲੀਆਂ ਭਰ ਕੇ, ਟਰੱਕ ਭਰ ਕੇ, ਜਿਹੜੇ ਵੀ ਸਾਧਨ ਨੇ ਗੱਡੀਆਂ ਲੈ ਕੇ, ਆਪਾਂ ਜੱਲੂ ਖੇੜਾ ਦੇ ਵਿੱਚ ਵੱਡਾ ਇਕੱਠ ਕਰਨਾ ਤੇ ਭਾਈ ਸਾਹਿਬ ਨੇ ਫਿਰ ਉੱਥੋਂ ਹੁਕਮ ਜਾਰੀ ਕਰਨਾ ਅਗਲਾ ਵੀ ਆਪਾਂ ਕੀ ਕਰਨਾ, ਨਹੀਂ ਤਾਂ ਫਿਰ ਰੋਜ਼ ਦਾ ਕੰਮ ਹੋ ਗਿਆ ਯਾਰ, ਰੋਜ਼ ਦਾ ਕੰਮ ਹੋ ਗਿਆ ਪ੍ਰਸ਼ਾਸਨ ਦਾ। ਜਦੋਂ ਕੋਈ ਆਰੋਪ ਤੈਅ ਕਰ ਦੋ, ਇਹ ਜਾਣ ਬੁੱਝੇ ਕੱਲ ਨੂੰ 19 ਤਰੀਕ ਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵੱਲੋਂ ਬਾਈ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਹੈ। ਬਾਈ ਦਾ ਪਹਿਲੀ ਵਰਸੀ ਮਨਾਉਣੀ ਹੈ ਉਹਨਾਂ ਨੇ 19 ਤਰੀਕ ਨੂੰ। ਉਸ ਪ੍ਰੋਗਰਾਮ ਨੂੰ ਖਰਾਬ ਕਰਨ ਦੇ ਲਈ, ਉਸ ਪ੍ਰੋਗਰਾਮ ਨੂੰ ਉਖੇੜਨ ਦੇ ਲਈ ਪ੍ਰਸ਼ਾਸਨ ਜਾਣ ਬੁੱਝ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਅਟੈਕ ਕਰ ਰਿਹਾ ਹੈ, ਜਾਣ ਬੁੱਝ ਕੇ ਗ੍ਰਿਫਤਾਰ ਕਰਨਾ ਚਾਹੁੰਦਾ ਤੇ ਆਪਾਂ ਗ੍ਰਿਫਤਾਰੀ ਹੋਣ ਨਹੀਂ ਦੇਣੀ ਬਾਈ, ਚਾਹੇ ਕੁਛ ਵੀ ਹੋ ਜੇ, ਕੱਲ ਵਾਲਾ 19 ਦਾ ਪ੍ਰੋਗਰਾਮ ਕਰਵਾ ਕੇ ਰਹਿਣਾ। ਇਸ ਕਰਕੇ ਜਿਹੜੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਬੈਠੇ ਆ ਬਾਈ, ਜਲਦੀ ਪਹੁੰਚੋ, ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੈਠੇ ਆ, ਜੇਕਰ ਲੋੜ ਪਈ ਅਸੀਂ ਵੀ ਤੁਰਾਂਗੇ ਥੋੜੇ ਟਾਈਮ ਤੱਕ, ਪਰ ਨੇੜੇ ਤੇੜੇ ਦੇ ਜਿਹੜੇ ਜੱਲੂ ਖੇੜਾ ਪਿੰਡ ਦੇ ਨੇੜੇ ਤੇੜੇ ਦੀ ਸੰਗਤ ਹੈ ਜਾਂ ਹੋਰ ਦੂਰ ਦਰੇਡੇ ਦੀ ਜ਼ਿਲ੍ਹੇ ਦੀ ਸੰਗਤ ਹੈ, ਉਹ ਵੱਧ ਤੋਂ ਵੱਧ ਹੁਣੀ ਹੁਣੀ ਆਪਣੀਆਂ ਕਾਰਾਂ ਚੱਕੋ, ਆਪਣੇ ਸਾਧਨ ਚੱਕੋ ਤੇ ਜੱਲੂ ਖੇੜਾ ਪਹੁੰਚੋ। ਇਹ ਨਾ ਹੋਵੇ ਕਿ ਬਾਅਦ ਦੇ ਵਿੱਚ ਫਿਰ ਅਸੀਂ ਦੀਪ ਬਾਈ ਵਾਲੀ ਗੱਲ ਆ ਜੇ ਕਿ ਅਸੀਂ ਫਿਰ ਬਰਸੀਆਂ ਮਨਾਉਣ ਜੋਗੇ ਰਹਿ ਜਾਂਦੇ ਹਾਂ। ਇਹ ਨਾ ਹੋਵੇ ਕਿ ਪੁਲਿਸ ਪ੍ਰਸ਼ਾਸਨ ਭਾਈ ਸਾਹਿਬ ਨੂੰ ਚੱਕ ਕੇ ਲੈ ਜੇ ਤੇ ਅਸੀਂ ਬਾਅਦ ਦੇ ਵਿੱਚ ਫਿਰ ਕੱਲੇ ਧਰਨੇ ਲਾਉਣ ਜੋਗੇ ਰਹਿ ਜਾਈਏ। ਭਾਈ ਸਾਹਿਬ ਦੀ ਗ੍ਰਿਫਤਾਰੀ ਹੋਣੀ ਨਹੀਂ ਦੇਣੀ ਯਾਰ, ਗੱਲ ਸਿੱਧੀ ਹੈ, ਗੱਲ ਕਲੀਅਰ ਹੈ, ਆਪਾਂ ਨੂੰ ਗੋਲਮੋਲ ਗੱਲਾਂ ਨਹੀਂ ਕਰਨੀਆਂ ਹੁੰਦੀਆਂ। ਭਾਈ ਸਾਹਿਬ ਦੀ ਗ੍ਰਿਫਤਾਰੀ ਹੋਣ ਨਹੀਂ ਦੇਣੀ। ਇਸ ਕਰਕੇ ਸਭ ਵੱਡਾ ਇਕੱਠ ਲੈ ਕੇ ਚੱਲੋ, ਨੇੜੇ ਤੇੜੇ ਦੀ ਸੰਗਤ ਹੈ, ਜਿਹੜੇ ਕੱਲੇ ਫੇਸਬੁੱਕਾਂ ਤੇ ਕਹਿ ਦਿੰਦੇ ਅਸੀਂ ਤੁਹਾਡੇ ਨਾਲ, ਚੰਗਾ ਲਿਖਤਾ ਵਧੀਆ ਲਿਖਤਾ, ਕੱਲਾ ਫੇਸਬੁੱਕਾਂ ਤੇ ਨਹੀਂ ਕੁਛ ਹੋਣਾ ਬਾਈ, ਗਰਾਊਂਡ ਲੈਵਲ ਤੇ ਜਾਣਾ ਪੈਣਾ, ਗਰਾਊਂਡ ਤੇ ਜਾ ਕੇ ਭਾਈ ਸਾਹਿਬ ਨਾਲ ਖੜਨਾ ਪੈਣਾ, ਸਾਡਾ ਫਰਜ਼ ਹੈ। ਦੇਖੋ ਪ੍ਰਚਾਰ ਕਰਨ ਦੇ ਲਈ ਫੇਸਬੁੱਕ ਹੈ, ਮੈਂ ਪ੍ਰਚਾਰ ਕਰ ਰਿਹਾ, ਇੱਕ ਸੰਦੇਸ਼ ਲਾ ਰਿਹਾ, ਕਿਉਂਕਿ ਕੱਲੇ ਕੱਲੇ ਨਾਲ ਫੋਨ ਤੇ ਗੱਲ ਨਹੀਂ ਹੋਣੀ, ਪਰ ਕੱਲਾ ਫੇਸਬੁੱਕਾਂ ਤੇ ਕਮੈਂਟ ਨਾ ਕਰੋ, ਗਰਾਊਂਡ ਤੇ ਵੀ ਜਾਓ ਸੁਣ ਕੇ ਗੱਲ। ਮੈਂ ਹੱਥ ਜੋੜ ਕੇ ਅਪੀਲ ਕਰਦਾ ਕਿ ਆਪਣੀ ਕੌਮ ਦਾ ਜਰਨੈਲ ਹੈ ਅੱਜ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ, ਤੇ ਜੇਕਰ ਜਰਨੈਲ ਨੂੰ ਪੁਲਿਸ ਤੰਗ ਲਾਗੀ ਕਰਨ ਤੇ ਅਸੀਂ ਕਿੱਧਰ ਜਾਵਾਂਗੇ, ਜੇਕਰ ਜਰਨੈਲ ਨੂੰ ਹੀ ਪੁਲਿਸ ਚੱਕ ਕੇ ਲੈ ਗਈ ਤੇ ਸਾਡੀਆਂ ਗ੍ਰਿਫਤਾਰੀਆਂ ਤਾਂ ਬਹੁਤ ਜਲਦੀ ਹੋਣੀਆਂ ਨੇ। ਇਸ ਕਰਕੇ ਪੁਲਿਸ ਡਰਾ ਰਹੀ ਹੈ, ਕੱਲ ਦਾ ਪ੍ਰੋਗਰਾਮ ਦੀਪ ਬਾਈ ਜੀ ਬਰਸੀ ਜੋ 19 ਤਰੀਕ ਦਾ ਰੱਖਿਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ, ਉਹ ਪ੍ਰੋਗਰਾਮ ਰੋਕਣ ਤੇ ਲੱਗਿਆ ਹੋਇਆ ਪ੍ਰਸ਼ਾਸਨ, ਸਰਕਾਰ ਕੰਬ ਉੱਠੀ ਹੈ, ਕਿਉਂਕਿ ਵੱਡਾ ਇਕੱਠ ਹੋਣਾ ਕੱਲ ਨੂੰ ਉੱਥੇ। ਇਸ ਕਰਕੇ ਵੱਡੇ ਇਕੱਠ ਤੋਂ ਡਰ ਕੇ ਇਹ ਸਰਕਾਰ, ਆ ਜਿਹੜਾ ਭਗਵੰਤ ਮਾਨ ਦੀ ਸਰਕਾਰ ਹੈ, ਜਿਹੜਾ ਬੁੱਚੜਾਂ ਵਾਲੇ ਕੰਮ ਕਰਨ ਲੱਗ ਗਿਆ ਤੇ ਇਹ ਬੁੱਚੜ ਬਣ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਕੱਲ ਦਾ ਪ੍ਰੋਗਰਾਮ ਖਰਾਬ ਕਰਨ ਤੇ ਲੱਗੇ ਹੋਏ ਆ। ਇਸ ਕਰਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਬਾਈ ਆਪਾਂ ਜੱਲੂ ਖੇੜਾ ਪਹੁੰਚੀਏ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦੇਈਏ, ਜੱਲੂ ਖੇੜਾ ਪਹੁੰਚ ਕੇ ਤੇ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਗ੍ਰਿਫਤਾਰੀ ਹਰ ਕਿਸੇ ਨਹੀਂ ਹੋਣ ਦੇਣੀ, ਬਿਲਕੁਲ ਨਹੀਂ ਹੋਣ ਦੇਣੀ। ਵੱਡੇ ਇਕੱਠ ਬਣਾ ਕੇ, ਕਾਫਲੇ ਬਣਾ ਕੇ, ਜਲਦੀ ਤੋਂ ਜਲਦੀ 15-30-40 ਮਿੰਟਾਂ ਦੇ ਵਿੱਚ ਬਾਈ ਆਪਾਂ ਜੱਲੂ ਖੇੜੇ ਪਹੁੰਚੀਏ ਤੇ ਉੱਥੇ ਜਾ ਕੇ ਗੱਲਬਾਤ ਕਰਦੇ ਆ। ਆ ਜਾਓ ਬਾਈ ਜਲਦੀ ਤੇ ਆਪਾਂ ਭਾਈ ਸਾਹਿਬ ਦਾ ਸਾਥ ਦੇਈਏ, ਜੇ ਅੱਜ ਸਾਥ ਨਾ ਦਿੱਤਾ ਤਾਂ ਹੌਸਲੇ ਟੁੱਟ ਜਾਣੇ ਆ ਬਾਈ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਆਪਣੇ ਘਰ ਲਈ ਨਹੀਂ ਤੁਰਿਆ, ਸਾਡੇ ਪੁੱਤਾਂ ਦੇ ਲਈ ਤੁਰਿਆ, ਸਾਡੇ ਲਈ ਤੁਰਿਆ, ਇਸ ਪੰਜਾਬ ਦੇ ਲਈ ਤੁਰਿਆ, ਜਿਹੜੇ ਪੰਜਾਬ ਨੂੰ ਸਰਕਾਰਾਂ ਲੁੱਟ ਕੇ ਖਾ ਗਈਆਂ, ਨੌਜਵਾਨੀ ਨੂੰ ਚਿੱਟਾ ਦਿੱਤਾ, ਨੌਜਵਾਨੀ ਨੂੰ ਬਚਾਉਣ ਦੇ ਲਈ ਤੁਰਿਆ, ਆਪਣੇ ਘਰ ਲਈ ਨਹੀਂ ਤੁਰਿਆ। ਇਸ ਕਰਕੇ ਅੱਜ ਸਾਡਾ ਵੀ ਫਰਜ਼ ਹੈ ਕਿ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਪਿੱਠ ਤੇ ਜਾ ਕੇ ਖੜੀਏ, ਮੋਢੇ ਨਾਲ ਮੋਢਾ ਜੋੜ ਕੇ ਖੜੀਏ ਤੇ ਉੱਥੇ ਜਕਾਰਾ ਲਾਈਏ ਕਿ ਅਸੀਂ ਭਾਵੇਂ ਸਾਡੀਆਂ ਲਾਸਾਂ ਵਸਾ ਦਿਓ, ਭਾਵੇਂ ਸਾਨੂੰ ਕੁਰਬਾਨ ਕਰ ਦਿਓ, ਭਾਈ ਸਾਹਿਬ ਨੂੰ ਅਸੀਂ ਗ੍ਰਿਫਤਾਰ ਨਹੀਂ ਹੋਣ ਦੇਵਾਂਗੇ ਤੇ ਕੱਲ ਦਾ ਪ੍ਰੋਗਰਾਮ ਕਰਵਾ ਕੇ ਹੀ ਰਹਾਂਗੇ। ਇੰਨੀਆਂ ਕੁ ਬੇਨਤੀਆਂ ਨੇ ਬਾਈ, ਜਲਦੀ ਤੋਂ ਜਲਦੀ ਜਿੰਨੀ ਸੰਗਤ ਸੁਣ ਰਹੀ ਹੈ ਇਹ ਵੀਡੀਓ ਨੂੰ ਵੀ ਅੱਗੇ ਭੇਜ ਦਿਓ ਘਰ ਘਰ ਤੱਕ, ਤੇ ਜਿਹੜੀ ਜੱਲੂ ਖੇੜੇ ਦੇ ਨੇੜੇ ਦੀ ਸੰਗਤ ਹੈ ਉਹ ਜਲਦੀ ਤੋਂ ਜਲਦੀ ਨਗਰ ਜੱਲੂ ਖੇੜਾ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚੋ ਤੇ ਉੱਥੇ ਭਾਈ ਸਾਹਿਬ ਤੁਹਾਡੀ ਵੇਟ ਕਰ ਰਹੇ ਨੇ। ਵੱਡਾ ਇਕੱਠ ਲੈ ਕੇ ਚੱਲੀਏ ਤਾਂ ਜੋ ਪੁਲਿਸ ਪ੍ਰਸ਼ਾਸਨ ਨੂੰ ਕੰਬਣੀ ਉੱਠ ਕੜੇ ਕਿ ਪੂਰਾ ਪੰਜਾਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਨਾਲ ਹੈ ਤੇ ਕੌਮ ਸਾਰੀ ਭਾਈ ਸਾਹਿਬ ਦਾ ਸਾਥ ਦਿੰਦੀ ਹੈ ਤੇ ਆਪਾਂ ਗ੍ਰਿਫਤਾਰ ਨਹੀਂ ਹੋਣ ਦੇਣਾ। ਇੰਨੀਆਂ ਕੁ ਬੇਨਤੀਆਂ ਨੇ, ਜ਼ਰੂਰ ਸ਼ੇਅਰ ਕਰ ਦਿਓ ਤੇ ਅੱਗੇ ਭੇਜ ਦਿਓ ਤੇ ਆਪਾਂ ਸੰਗਤ ਲੈ ਕੇ ਉੱਥੇ ਹੀ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।